ਅਸੀਂ ਇੱਥੋਂ ਅੱਜ ਤੋਂ ਨਾ 10 ਸਾਲ ਪਿੱਛੇ ਨੂੰ ਜਾਈਏ ਨਾ, ਇੱਥੇ ਕੁਛ ਨਹੀਂ ਹੈਗਾ। ਝੋਨਾ ਕਣਕ, ਜੀਰੀ ਫਸਲਾਂ, ਇਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ। ਸਿਰਫ ਆਪਣੇ ਇਲਾਕੇ 'ਚ ਪਤਾ ਕਿਆ ਤਾ, ਸਿਰਫ ਚੰਡੀਗੜ੍ਹ ਤਾਂ ਇੱਕ ਮਾਤਰ ਸਾਫ਼ ਸੁਥਰਾ ਸ਼ਹਿਰ। ਯਾਰ ਬਾਈ ਬਹੁਤ ਵੇਟ ਕਰਾਇਆ। ਅਸੀਂ ਇੱਥੋਂ ਅੱਜ ਤੋਂ ਨਾ 10 ਸਾਲ ਪਿੱਛੇ ਨੂੰ ਜਾਈਏ ਨਾ, ਇੱਥੇ ਕੁਛ ਨਹੀਂ ਹੈਗਾ। ਝੋਨਾ ਕਣਕ, ਜੀਰੀ ਫਸਲਾਂ, ਇਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ। ਸਿਰਫ ਆਪਣੇ ਇਲਾਕੇ 'ਚ ਪਤਾ ਕਿਆ ਤਾ, ਸਿਰਫ ਚੰਡੀਗੜ੍ਹ ਤਾਂ ਇੱਕ ਮਾਤਰ ਸਾਫ਼ ਸੁਥਰਾ ਸ਼ਹਿਰ, ਜਿਹੜਾ ਪੰਜਾਬ ਦੇ ਨਾਲ ਲੱਗਦਾ ਨਾ ਚੰਡੀਗੜ੍ਹ। ਅਤੇ ਹੁਣ ਆਹ ਤਾਂ ਪੰਜਾਬ ਹੋ ਗਿਆ ਇੱਦਾਂ ਦਾ, ਅੱਗੇ ਅੱਗੇ ਪੰਜਾਬ ਸਾਡਾ ਇੱਦਾਂ ਦਾ ਆਉਣਾ। ਖੇਤ ਨਹੀਂ ਦੇਖਣ ਨੂੰ ਮਿਲਣੇ, ਅਤੇ ਦੁਕਾਨਾਂ ਸ਼ੋਰੂਮ ਅਤੇ ਵੈਸੇ ਪਤਾ ਕਿਆ ਮਾਹੌਲ ਵਧੀਆ ਆ, ਠੀਕ ਨਹੀਂ। ਸਾਰੀ ਸਹੂਲਤਾਂ ਮਿਲ ਜਾਣੀਆਂ ਹੁੰਦਾ, ਇੱਥੇ ਡੈਂਟਿਸਟ ਵੀ ਬੈਠਾ ਹੈ ਨਾ, ਕਿਸਾਨ ਹੱਟ, ਸਾਰਾ ਕੁਛ ਹੈ ਪਿੰਡ ਤੋਂ, ਮਤਲਬ ਵਧੀਆ ਮਾਹੌਲ ਹੈ। ਆਹ ਪਿੰਡਾਂ 'ਚ ਹੀ ਜਾਂਦਾ, ਉਰੇ ਵੀ ਤਾਂ ਸਾਡੀ ਖੇਤ ਲੋਕਾਂ ਦੀ ਖੇਤ ਤੇ ਪਿੰਡ ਤਾਂ ਪਿੰਡ ਦੇ ਪਿੰਡ ਢਹਿ ਗਿਆ, ਸ਼ਹਿਰ ਵੱਸ ਗਿਆ, ਬਸ ਆਹ ਗੱਲ ਹੋ। ਜ਼ਿਆਦਾਤਰ ਨਾ ਫਾਸਟ ਫੂਡ ਦੀਆਂ ਦੁਕਾਨਾਂ, ਖਾਣ ਪੀਣ ਦੀਆਂ, ਕਿਉਂਕਿ ਪਤਾ ਹੈ ਲੋਕ ਜਦ ਵੀ ਬਾਹਰ ਨਿਕਲ, ਹੁਣ ਆਪਾਂ ਖਾਣ ਪੀਣੇ ਆਏ ਜਾਂ ਸਿਰਫ ਸੈਰ ਸਪਾਟਾ ਦੇਖਣ ਆਏ, ਬੰਦਾ ਖਾਣ ਪੀਣੇ ਨਿਕਲਦਾ ਜਦ ਵੀ ਚੰਡੀਗੜ੍ਹ ਚੱਲ ਘੁੰਮਣ ਜਾਣਾ। ਹਾਂ ਵੀ ਖਾਣਾ ਪੀਣਾ ਪੱਕਾ, ਠੀਕ ਨਹੀਂ। ਖਾਣ ਪੀਣ ਸਭ ਦਾ ਚੱਲਦਾ ਬਾਈ, ਜ਼ਿਆਦਾਤਰ ਤਾਂ ਆਹੀ ਆ ਖਾਣ ਪੀਣ ਦੀਆਂ ਦੁਕਾਨਾਂ। ਚਾਚਾ ਭਤੀਜਾ ਤਾਂ ਕਦੇ ਨਾ ਕਦੇ ਜਾਣਾ, ਮੈਂ ਦਿਖਾਊਂਗਾ ਜ਼ਰੂਰ। ਉੱਪਰ ਰਸ਼ ਹੋ ਜਾਏਗਾ ਨਾ, ਚੱਲ ਇੱਥੇ ਬੇਸਮੈਂਟ ਦਿਖਾਉਂਦਾ ਮੈਂ ਤੁਹਾਨੂੰ। ਪਹਿਲੀ ਵਾਰੀ ਆ ਰਿਹਾ ਮੈਂ, ਪਤਾ ਨਹੀਂ ਕਿਆ ਹੋਊਗਾ ਵਿੱਚ ਯਾਰ। ਹਲੇ ਇੱਥੇ ਨਾ ਆਉਂਦਾ ਨਹੀਂ ਕੋਈ, ਯੂਜ਼ ਨਹੀਂ ਕਰਦਾ ਕੋਈ ਵੀ, ਸ਼ਾਇਦ ਪਾਰਕਿੰਗ ਹੋਊਗੀ ਹੈ ਨਾ, ਪਾਰਕਿੰਗ ਹੋਊਗੀ ਪਤਾ ਨਹੀਂ। ਬਾਕੀ ਹਲੇ ਤਾਂ ਇਹ ਔਨ ਵਰਕ 'ਤੇ ਹੈ। ਇਹ ਪਾਰਕਿੰਗ ਹੈ ਭਾਅ ਜੀ, ਕੀ ਆ ਇਹ? ਹੈਂਜੀ, ਕਾਹਦਾ ਜੀ, ਮਤਲਬ ਕੀ ਹੋਊਗਾ ਇਹਦੇ 'ਚ? ਅੱਛਾ, ਮੌਸਮ ਜ਼ਿਆਦਾ ਨਹੀਂ ਖਰਾਬ ਹੋ ਗਿਆ ਯਾਰ? ਮੀਂਹ ਪੈਣ ਲੱਗ ਗਿਆ ਤਾਂ ਕਿਸ ਤਰ੍ਹਾਂ ਜਾਊਂਗੇ ਬਾਈ? ਆਈ ਬਾਈਕ 'ਤੇ ਆ, ਕੋਈ ਗੱਲ ਨਹੀਂ। ਵਾਹ, ਆ ਇਹੋ ਬੇਸਮੈਂਟ ਆ। ਹਾਂ ਉਰੇ ਦੇਖ, ਹੋਰ ਦੇ ਨਾ, ਹੋਰ ਰੇਟ ਵਧਾ ਤੇ ਯਾਰ ਪਹਿਲਾਂ ਨਾਲੋਂ, ਪਹਿਲਾਂ ਵਧੀਆ ਗਾ ਮੈਂ, ਹੁਣ ਵੀ ਚੱਲ ਠੀਕ ਹੈ ਯਾਰ। ਦਸ ਰੁਪਏ ਸਾਰਿਆਂ ਦੀ ਵੱਧ ਗਏ ਰੇਟ। ਆ ਜਾ ਫਿਰ, ਉਰੇ ਗਾਣੇ ਵੀ ਲੱਗੇ ਵੇ, ਕੋਪੀ ਰਾਈਟ ਆ ਗਿਆ, ਮਿਲਣਾ ਕੁਛ ਨਹੀਂ। ਵੈਸੇ ਮੈਂ ਇੱਕ ਗੱਲ ਦੱਸਾਂ, ਕਈ ਲੋਕ ਪੁੱਛਦੇ ਵੀ ਬਈ ਪੈਸੇ ਪੂਸੇ ਤਾਂ ਹੈ, ਰਿਕਾਰਡਮੈਂਟ ਹੈਗਾ। ਹੁਣ ਮੰਨ ਲਓ ਆਪਾਂ ਪੀਜੇ ਕਰਾਏ 2 ਵਜੇ, ਇਹ ਵੀਡੀਓ ਨੂੰ 1000 ਟੱਪ ਗਏ ਨਾ, 2000 ਟੱਪ ਗਏ, ਉਹ ਪੀਜੇ ਮੰਨ ਲਓ ਫ੍ਰੀ ਖਾਏ ਉਹਨੇ। ਬਾਕੀ ਡਿਪੈਂਡ ਕਰਦਾ ਐਡ ਕਿਹਦੇ ਲੱਗ, ਕਿਹੜੀ ਐਡ ਲੱਗਦੀ ਹੈ, ਕਿਹੜੀ ਕੰਪਨੀ ਦੀ ਐਡ ਲੱਗਦੀ, ਕਿੰਨੀ ਐਡਾਂ ਲੱਗਦੀਆਂ। ਇਸ ਵਾਰੀ ਬਈ ਫੂਡੀ ਹੱਬ 'ਤੇ ਆਏ ਆਪਾਂ, ਟੇਸਟ ਦਾ ਆਡਾ, ਫੂਡੀ ਹੱਬ ਸਾਡਾ, ਆਹ 35 ਲਿਖਿਆ, 35 ਹੋਇਆ, ਪਰ 40-45 ਦਾ ਕਰਤਾ ਇਹਨਾਂ ਨੇ ਸਾਰਾ ਕੁਛ, 10-10 ਰੁਪਏ ਵਧਾ ਤਾ, ਠੀਕ ਹੈ। ਸਾਡੀ ਨਾ ਮੇਰੀ, ਮੈਂ ਇੱਕ ਵੀਡੀਓ ਪਾਈ ਸੀ ਕਿ ਸਿੱਧੂ ਮੂਸੇਵਾਲੇ ਨਾਲ ਇੱਦਾਂ ਟਿਊਟ ਜੀ ਕਰਕੇ, ਇੱਦਾਂ ਮਿਕਸ ਕਰਕੇ, ਉਹ 6 ਲੱਖ ਨੂੰ ਵਿਊ ਹੋ ਗਏ। ਉਹ ਕਿਸੇ ਨੇ ਯੂਟਿਊਬ ਤੋਂ ਚੱਕ ਕੇ ਨਾ ਉਹ ਫੇਸਬੁੱਕ 'ਤੇ ਪਾ ਦਿੱਤੀ, ਉਹ ਫੇਸਬੁੱਕ 'ਤੇ ਵੀ ਲੱਖਾਂ 'ਚ ਗਈ। ਉਹ ਫਿਰ ਕਿਸੇ ਨੇ ਇੱਥੇ ਪਿੰਡ ਦੇ ਨੇ ਕਿਸੇ ਨੇ ਮਿਲੀ ਹੋਣੀ, ਉਹਨੇ ਫਿਰ ਸਕਰੀਨਸ਼ੋਟ ਲਿਆ, ਉਹ ਮੈਨੂੰ ਭੇਜੀ, ਉਹ ਕਹਿੰਦਾ ਬਾਈ ਆਹ ਤੇਰੀ ਫੋਟੋ ਇੱਥੇ ਪਈ। ਮੈਂ ਯਾਦ ਆ, ਮੈਂ ਤਾਂ ਯੂਟਿਊਬ 'ਤੇ ਪਾਈ ਤੀ, ਫੇਸਬੁੱਕ 'ਤੇ ਕਿੱਥੇ ਆ ਗਈ, ਮਤਲਬ ਘੁੰਮ ਗਈ ਉਹ ਯਾਰ, ਕਿਸੇ ਨੇ ਚੱਕ ਕੇ ਉੱਥੇ ਪਾਈ, ਉੱਥੇ ਵੀ ਲੱਖਾਂ 'ਚ ਵਿਊ ਆ ਗਿਆ। ਹੱਦ ਤੋਂ, ਚਲੋ ਵਧੀਆ ਹੀ ਹੈ।
चक ला वेर पैर खड़ा दे स्टैंड पा लाके घुमा उधर नूं कढ लै स्टैंड पा लाके घुमा लै